ਜੇ ਤੁਸੀਂ ਬਾਬਾ ਸਾਹਿਬ ਨੂੰ ਭੁੱਲ ਜਾਓਗੇ ਤਾਂ ਰੁਲ ਜਾਓਗੇ, ਫੇਰ ਦੁਬਾਰਾ ਦੁੱਖਾਂ ਦੀ ਤਕੜੀ ਵਿੱਚ ਤੁਲ ਜਾਓਗੇ। ਜੇ ਤੁਸੀਂ ਬਾਬਾ ਸਾਹਿਬ ਨੂੰ ਭੁੱਲ ਜਾਓਗੇ ਤਾਂ ਰੁਲ ਜਾਓਗੇ, ਫੇਰ ਦੁਬਾਰਾ ਦੁੱਖਾਂ ਦੀ ਤਕੜੀ ਵਿੱਚ ਤੁਲ ਜਾਓਗੇ। ਲੈ ਬੇ ਮਲਕੀਤ, ਨੌਕਰੀ ਮਿਲਣ ਦੀਆਂ ਬਹੁਤ ਬਹੁਤ ਮੁਬਾਰਕਾਂ। ਅਮਰਜੀਤ ਕਹਿ ਬੇਗਮ ਪੁਰੀਆ, ਸੋਚ ਵਿਚਾਰ ਕਰੋ ਆਪਣੀ ਕੌਮ ਦੇ ਰਹਿਬਰਾਂ।